ਜਿਹੜੇ ਸਾਡੇ ਵੀਰ ਭਰਾ ਇੱਥੇ ਸਾਊਦੀ ਅਰਬ ਦੇ ਵਿੱਚ ਰਹਿ ਰਹੇ ਆ, ਅਗਰ ਕਿਸੇ ਨੇ ਮੱਕਾ ਜਾਣਾ ਵਾ ਕਿਸੇ ਕੰਮ ਨਾਲ ਜਾਂ ਕਿਸੇ ਹੋਰ ਸਿਲਸਿਲੇ ਨਾਲ ਜਾਣਾ ਵਾ, ਤਾਂ ਉਹ ਬਾਈ ਉਹੀ ਬੰਦਾ ਜਾਵੇ ਜਿਹਦੇ ਕੋਲ ਮੱਕਾ ਜਾਣ ਦੀ ਪਰਮਿਸ਼ਨ ਬਣੀ ਹੋਈ ਹੈ। ਇਹ ਦੇਖੋ ਹਾਜੀਆਂ ਦੀ ਗੱਡੀ ਜਾ ਰਹੀ ਹੈ ਅਤੇ ਹਾਜੀਆਂ ਦੀ ਵੀ ਅੱਛੀ ਤਰ੍ਹਾਂ ਤਲਾਸ਼ੀ ਹੋ ਰਹੀ ਹੈ, ਚੈਕਿੰਗ ਹੋਣ ਤੋਂ ਬਾਅਦ ਇਹਨਾਂ ਦੀ ਮੱਕਾ ਐਂਟਰੀ ਹੁੰਦੀ ਹੈ। ਸਾਡੇ ਸਾਰੇ ਪਰਦੇਸੀ ਭਰਾ ਇੱਥੇ ਲੱਗੇ ਹੋਏ ਆ ਕੰਮ ਕਰਨ ਵਾਸਤੇ, ਕੋਈ ਇੰਡੀਆ ਦੇ ਆ, ਕੋਈ ਪਾਕਿਸਤਾਨ ਦੇ ਆ, ਕੋਈ ਬੰਗਲਾਦੇਸ਼ ਦੇ ਆ, ਦੇਖੋ ਜੀ ਸਾਰੇ ਕੰਮ ਲੱਗੇ ਹੋਏ ਕਰਨ ਵਾਸਤੇ ਜੀ। ਮੱਕਾ ਦੇ ਵਿੱਚ ਇਸ ਟਾਈਮ ਗਰਮੀ ਬਹੁਤ ਜ਼ਿਆਦਾ ਗਰਮੀ ਹੈ, ਦੇਖੋ ਕੀ ਹਾਲ ਹੋਏ ਪਏ ਗਰਮੀ ਨਾਲ, ਅਖੀਰ ਗਰਮੀ ਪੈਣ ਦੇ ਯਾਰ ਤਕਰੀਬਨ ਪਿਆ ਤਾਂ ਕੰਮ ਟੱਪਿਆ ਪਿਆ। ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਮੱਕਾ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਦੇਖੋ ਬੰਦਿਆਂ ਨੇ ਇੱਥੇ ਸਾਰੇ ਵਰਕਰਾਂ ਨੇ ਨਮਾਜ਼ ਪੜ੍ਹੀ, ਨਮਾਜ਼ ਪੜ੍ਹਨ ਤੋਂ ਬਾਅਦ ਇੱਥੇ ਰੈਸਟ ਕਰ ਰਹੇ, ਮਸਜਿਦ ਵਿੱਚ ਏਸੀ ਲੱਗੇ ਹੋਏ ਆ, ਇਹ ਕਹਿੰਦੇ ਚਲੋ ਥੋੜ੍ਹੀ ਦੇਰ ਸਕੂਨ ਕਰ ਲਈਏ। ਸਾਊਦੀ ਅਰਬ ਦੇ ਵਿੱਚ ਨਮਾਜ਼ ਦੀ ਬਹੁਤ ਜ਼ਿਆਦਾ ਪਾਬੰਦੀ ਹੈ, ਇਸ ਕਰਕੇ ਮੇਰੀ ਸਭ ਵੀਰ ਭਰਾਵਾਂ ਅੱਗੇ ਦਰਖਾਸਤ ਹੈ ਕਿ ਤੁਸੀਂ ਵੀ ਸਾਰੇ ਨਮਾਜ਼ ਲਾਜ਼ਮੀ ਪੜ੍ਹਿਆ ਕਰੋ, ਨਮਾਜ਼ ਨਾਲ ਹੀ ਸਾਰੀਆਂ ਬਰਕਤਾਂ ਸਾਰੀਆਂ ਰੌਣਕਾਂ। ਇਹ ਜੀ ਮੱਕਾ ਸ਼ਹਿਰ ਦੀ ਤਫਤੀਸ਼ ਆ ਜੀ, ਇੱਥੇ ਜਿਹੜੇ ਵੀ ਹਾਜੀ ਹੁੰਦੇ ਆ ਉਹਨਾਂ ਦੀ ਚੈਕਿੰਗ ਵਗੈਰਾ ਹੁੰਦੀ ਹੈ ਅਤੇ ਨਾਲ ਉਹਨਾਂ ਦੀ ਸਹੂਲਤ ਵਾਸਤੇ ਬਣੇ ਹੋਏ ਆ ਹੈਲਥ ਸੈਂਟਰ, ਅਗਰ ਕਿਸੇ ਨੂੰ ਕੋਈ ਮਸਲਾ ਬਣੇ ਤਾਂ ਦਵਾਈ ਲੈ ਸਕਦਾ। ਬਾਈ ਜੀ ਇੱਥੇ ਅਸੀਂ ਆਏ ਹੋਏ ਸੀ ਨੈੱਟ ਲਾਉਣ ਵਾਸਤੇ, ਸਾਡਾ ਕੰਮ ਜਿਹੜਾ ਹੋ ਗਿਆ ਮੁਕੰਮਲ, ਅਤੇ ਅਸੀਂ ਜਾ ਰਹੇ ਹਾਂ ਬਾਈ ਜੀ ਹੁਣ ਵਾਪਸ। ਇੱਥੇ ਕਰਦੇ ਹਾਂ ਵੀਡੀਓ ਦੇ ਐਂਡ, ਇਨਸ਼ਾਅੱਲਾ ਮਿਲਾਂਗੇ ਨਈ ਵੀਡੀਓ ਨਾਲ, ਉਨੀ ਦੇਰ ਤੱਕ ਰੱਬ ਰੱਖਾ।